ਰਤਾ ਮਾਝਾ ਆ ਗਈ ਜੀ। ਹਾਂਜੀ, ਇਹ ਰਤਾ ਮਾਝਾ ਜੀ। ਠੀਕ ਹੈ ਜੀ। ਇਹ ਦੋਵੇਂ ਪਿਓ ਵੱਲੋਂ ਭੈਣਾਂ ਨੇ ਜੀ। ਅੱਛਾ ਜੀ। ਤੇ ਮਾਸ਼ਾਅੱਲਾ ਦੁੱਧ ਨੂੰ ਵੀ ਬਹੁਤ ਅੱਛੀਆਂ ਨੇ ਜੀ। ਹਾਂਜੀ। ਤੇ 16-18 ਕਿਲੋ ਜਿਹੜੀ ਸਾਡੀ ਸਾਂਭ ਹੈ ਜੀ, ਅਸੀਂ ਕੋਈ ਪ੍ਰੋਟੋਕੋਲ ਇਹਨਾਂ ਨੂੰ ਵਗੈਰਾ ਕਦੀ ਨਹੀਂ ਲਾਇਆ ਆਫ ਸਾਹਿਬ। ਤੇ ਜੱਟ ਜੱਫੇ ਦੇ ਨਾਲ ਹੀ ਨਾ ਜੀ, ਜਿਹੜਾ ਸਾਡਾ ਮਤਲਬ ਸ਼ੌਕ ਹੈ ਉਹਦੇ ਮੁਤਾਬਕ ਹੀ ਅਸੀਂ ਜਿਹੜੀ ਖੁਰਾਕ ਹੀ ਇਹਨਾਂ ਨੂੰ ਦੇਣੀ ਹੈ ਜੀ, ਤੇ ਉਹਦੇ ਮੁਤਾਬਕ ਹੀ ਇਹ ਮਾਸ਼ਾਅੱਲਾ ਸਾਡੇ ਕੋਲ 16-18 ਕਿਲੋ 16-18 ਕਿਲੋ ਦੁੱਧ ਲਈ ਭਾਈ ਯਕੂਬ, ਜੋ ਤੁਹਾਡੇ ਕੋਲ ਪੱਠਾ ਸੈਲੇ ਦਸਤਿਆਬ ਹੈ, ਇਸ ਤੋਂ ਇਲਾਵਾ ਵੰਡਾ ਕਿੰਨਾ? ਵੰਡਾ ਅਸੀਂ ਜੀ ਫੀ ਜਾਨਵਰ ਨੂੰ 3 ਕਿਲੋ ਰਾਸ਼ਨ ਮਤਲਬ 6 ਕਿਲੋ ਅਸੀਂ ਇਹਨਾਂ ਨੂੰ ਦੇਣੀ ਜੀ, ਤੇ ਤੇਲ ਸ਼ੇਲ ਨਾਲ ਅਸੀਂ ਦਿੰਦੇ ਰਹਿੰਦੇ ਹਾਂ ਜੀ। ਤੇ ਬਾਕੀ ਹੋਰ ਇਸ ਤੋਂ ਇਲਾਵਾ ਸਾਡੀ ਮਤਲਬ ਕੋਈ ਇਹਨਾਂ ਤੇ ਕੋਈ ਇਜ਼ਾਫੀ ਤਿਆਰੀ ਨਹੀਂ ਹੈ ਜੀ। ਤੇ ਮਾਲ ਦੀ ਸਿਹਤ ਮਾਸ਼ਾਅੱਲਾ ਤੁਸੀਂ ਦੇਖਦੇ ਪਏ ਹੋ, ਇਹਨਾਂ ਦੀ ਸਫਾਈ ਸੁਥਰਾਈ ਵੀ ਦੇਖਦੇ ਪਏ ਹੋ। ਹਾਂਜੀ, ਦੇਖ ਰਹੇ ਹਾਂ। ਇਹ ਅਸੀਂ ਕੋਈ ਵਕਤੀ ਤੌਰ ਤੁਹਾਡੇ ਆਣੇ ਦੇ ਮੁਤਾਬਕ ਨਹੀਂ ਅਸੀਂ ਕੀ ਤਿਆਰੀ ਕੀਤੀ ਜੀ, ਅਲਹਮਦੁਲਿਲਾ ਤੁਸੀਂ ਸਾਨੂੰ ਬਗੈਰ ਦੱਸਿਓ ਪੁੱਛਿਓ ਵੀ ਛਾਪਾ ਮਾਰੋਗੇ ਨਾ ਜੀ, ਤੇ ਇਹ ਤੁਹਾਨੂੰ ਅਲਹਮਦੁਲਿਲਾ ਇਸੇ ਮਾਹੌਲ 'ਚ ਮਿਲਣਗੀਆਂ ਜੀ। ਇੱਕ ਮੇਰੇ ਬੜੇ ਪਿਆਰੇ ਦੋਸਤ ਨੇ ਜੀ, ਸਨੀ ਵੜੈਜ ਸਾਹਿਬ, ਉਹਨਾਂ ਨਾਲ ਮੇਰੀ ਇੱਕ ਦਿਨ ਇਸ ਤਰ੍ਹਾਂ ਟੋਪਿਕ 'ਤੇ ਗੱਲ ਹੋ ਗਈ, ਉਹ ਅਚਾਨਕ ਮੇਰੇ ਫਾਰਮ 'ਤੇ ਆ ਗਏ ਤੇ ਮੈਨੂੰ ਕਹਿੰਦੇ ਜੀ ਬਾਇਓ ਸਾਹਿਬ ਮਾਲ ਬੜਾ ਸਾਫ਼ ਸੁਥਰਾ ਰੱਖਿਆ ਜੀ। ਤੇ ਮੈਂ ਕਿਹਾ ਜੀ ਅਸੀਂ ਤੁਸੀਂ ਤਲਾਹ ਕੀਤੀ, ਕਹਿੰਦੇ ਜੀ ਤੁਸੀਂ ਤਿਆਰੀ ਸ਼ਿਆਰੀ ਲਾ ਗਏ ਹੋ। ਮੈਂ ਕਿਹਾ ਜੀ ਨਹੀਂ, ਅਸੀਂ ਤਿਆਰੀ ਕੋਈ ਨਹੀਂ ਲਾਈ ਭਾਈ ਜਾਨ, ਤੁਸੀਂ ਜਦੋਂ ਤੁਹਾਡਾ ਦਿਲ ਕਰੇ ਨਾ ਜੀ ਤੁਸੀਂ ਸਾਡੇ ਫਾਰਮ 'ਤੇ ਆ ਜਾਣਾ ਤੇ ਵਿਜ਼ਿਟ ਕਰੋ। ਤੇ ਉਹ ਜਦੋਂ ਵੀ ਹੁਣ ਮਾਸ਼ਾਅੱਲਾ ਉਸ ਤੋਂ ਬਗੈਰ ਵੀ 2-3 ਦਫ਼ਾ ਉਹ ਚੱਕਰ ਲਾ ਚੁੱਕੇ ਨੇ ਜੀ, ਤੇ ਆਉਂਦੇ ਨੇ ਮੇਰੀ ਉਹਨਾਂ ਨਾਲ ਮੁਲਾਕਾਤ ਤਾਂ ਨਹੀਂ ਹੁੰਦੀ, ਲੇਕਿਨ ਤਸਵੀਰ ਖਿੱਚ ਕੇ ਮੈਨੂੰ ਸੈਂਡ ਕਰ ਦਿੰਦੇ ਨੇ, ਹਾਜ਼ਰੀ ਲਵਾ ਦਿੰਦੇ ਨੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਜਿੱਦਣ ਤੁਸੀਂ ਇਸ ਚੀਜ਼ ਤੋਂ ਫੜ ਲਵੋ ਸਾਨੂੰ, ਕਿ ਯਾਰ ਪਤਾ ਨਹੀਂ ਤੁਸੀਂ ਮਤਲਬ ਇੱਕ ਸਪੈਸ਼ਲ ਤਿਆਰੀ ਕਰਦੇ ਹੋ, ਤਿਆਰੀ ਕੋਈ ਨਹੀਂ ਜੀ, ਅਲਹਮਦੁਲਿਲਾ ਇਹ ਮਾਹੌਲ ਹੈ, ਇਹ ਮੇਰਾ ਸ਼ੌਕ ਹੈ ਜੀ, ਮੈਂ ਫੀਸ ਬਿਲਿਲਾ ਅੱਲਾ ਦੀ ਰਜ਼ਾ ਵਾਸਤੇ ਰੱਖੀਆਂ ਨੇ ਜੀ, ਕਿਉਂਕਿ ਇਹ ਮਾਲ ਡੰਗਰ ਹੈ, ਇਹ ਮਤਲਬ ਸ਼ੌਕ ਹੈ ਮੇਰਾ ਇਹਨਾਂ ਦੀ ਸੇਵਾ ਕਰਨਾ। ਇਹਨਾਂ ਨੂੰ ਵੀ ਹਫ ਸਾਹਿਬ ਅੱਲਾ ਤਾਲਾ ਫਰਿਸ਼ਤੇ ਰਾਤ ਨੂੰ ਆ ਕੇ ਪੁੱਛਦੇ ਨੇ ਕਿ ਤੁਸੀਂ ਮਾਲਕ ਨੇ ਤੁਹਾਡੇ ਨਾਲ ਕੀ ਸਲੂਕ ਕੀਤਾ ਜੀ। ਤੇ ਅਲਹਮਦੁਲਿਲਾ ਅਸੀਂ ਆਪਣੀ ਕੋਸ਼ਿਸ਼ ਦੇ ਮੁਤਾਬਕ ਨਾ ਜੀ ਜਿੱਦੋ ਜਿਹਦ ਜਿੰਨੀ ਵੀ ਹੁੰਦੀ ਹੈ ਕਰਕੇ ਇਹਨਾਂ ਨੂੰ ਪਿਆਰ ਸਲੂਕ ਨਹਾਉਣ ਧੋਣ ਪੂਰਾ ਇੱਕ ਮਾਹੌਲ ਦਿੰਦੇ ਹਾਂ ਜੀ, ਖੁਰਾਕ ਅੱਛੀ ਦਿੰਦੇ ਹਾਂ, ਤੇ ਇਹ ਹੀ ਸਾਡਾ ਸ਼ੌਕ ਹੈ ਜੀ। ਗੱਪਸ਼ਪ ਜਾਰੀ ਰਹੇਗੀ ਤੇ ਨਾਲ ਹੁਣ ਅਗਲਾ ਜਾਨਵਰ ਹੀ ਦਿਖਾਈਏ ਜੀ ਆਪਾਂ। ਇਹ ਮੌਜ ਮਾਝਾ ਅਫ ਸਾਫ, ਇਹ ਸ਼ੇਰ ਹੈ ਖੋਖਰ ਬਲੱਡ ਲਾਈਨ ਦੀ ਹੈ, ਇਹਦੀ ਮਾਂ ਜਿਹੜੀ ਹੈ ਵੱਡੀ ਮੌਜ ਜੀ, ਉਹ ਵੀ ਹਾਜੀ ਸੇਲ ਸਾਹਿਬ ਕੋਲ ਖੜੀ ਹੈ ਜੀ। ਇਹ ਮੇਰੀਆਂ ਸਾਰੀਆਂ ਮੱਝਾਂ ਦੇ ਵਿੱਚ ਕਰਦਾਰ ਹਾਜੀ ਸੇਲ ਸਾਹਿਬ ਦਾ ਨਾਲ ਚੱਲਦਾ ਰਹੇਗਾ ਜੀ, ਕਿਉਂਕਿ ਮੈਂ ਜੀ ਇਹ ਜੀ ਇਹ ਸ਼ੇਰੇ ਖੋਖਰ ਦੇ ਘਰ ਮੱਝ ਆਈ ਸੀ ਜੀ ਮੌਜ ਸਾਡੇ ਕੋਲ, ਤੇ ਇਹ ਉਹਦੀ ਵੱਡੀ ਧੀ ਹੈ ਜੀ, ਇਹ ਉਦੋਂ ਮਗਰ ਆਈ ਸੀ ਜੀ ਉਹਦੇ, ਤੇ ਮੱਝ ਇਸ ਟਾਈਮ ਮੌਜੂਦ ਖੜੀ ਹੈ ਜੀ ਹਾਜੀ ਸਾਹਿਬ ਕੋਲ, ਤੇ ਇਹ ਝੋਟੀ ਮੇਰੇ ਕੋਲ ਹੈ, ਤੇ ਇਹ ਹੁਣ ਮਾਸ਼ਾਅੱਲਾ ਤੀਸਰੇ ਸੂਬੇ 'ਚ ਕਬੂਤਰੇ ਝੋਟੇ ਕੋਲੋਂ ਗੱਬਣ ਹੈ ਸਨੀ ਵੜੈਚ ਵਾਲੇ ਕੋਲੋਂ। ਅੱਛਾ ਜੀ, ਮੈਂ ਇਹ ਦੇਖ ਰਿਹਾ ਕਿ ਜ਼ਿਆਦਾਤਰ ਆਪਣਾ ਮਾਲ ਗੱਬਣ ਹੈਗਾ। ਹਾਂਜੀ, ਜੀ ਤਕਰੀਬਨ ਇਹ ਮਹੀਨਾ ਡੇਢ ਸਾਰਾ ਮਾਲ ਨਾ ਜੀ ਅਗਲੇ ਮਹੀਨੇ ਦੀ 20-25 ਤੱਕ ਇਹ ਮਾਸ਼ਾਅੱਲਾ ਕੰਪਲੀਟ ਹੋ ਜਾਏਗਾ, 25 ਤਰੀਕ ਤੋਂ ਸਾਡਾ ਸੂਬਾ ਪੈਣਾ ਸ਼ੁਰੂ ਹੋ ਜਾਏਗਾ ਜੀ, ਤੇ ਇਹ ਮਹੀਨਾ ਡੇਢ ਹੋ ਗਿਆ ਸਾਹਿਬ, ਮਹੀਨਾ ਕੁ ਹੋ ਗਿਆ ਜੀ, ਤੇ ਇਹ ਦੁੱਧੋਂ ਛੱਡ ਰਹੇ ਜੀ। ਇਹ ਝੋਟੀ ਨੂੰ ਤੇ 10 ਕੁ ਦਿਨ ਹੋਏ ਨੇ ਜੀ, ਹਲੇ ਵੀ ਦੇਖੋ ਤੁਸੀਂ ਇਹਨੇ ਥਣਾਂ 'ਚ ਦੁੱਧ ਧਾਰਾਂ ਰੱਖੀਆਂ ਨੇ, 10 ਕੁ ਦਿਨ ਹੋਏ ਨੇ ਜੀ ਇਹਨੂੰ ਛੱਡਿਆ ਜੀ,
ਤੇ ਬੜੀ ਪਿਆਰੀ ਨਸਲ ਹੈ ਜੀ, ਮਾਸ਼ਾਅੱਲਾ ਸੋਹਣੀ ਹੈ, ਤੁਹਾਡੇ ਸਾਹਮਣੇ ਹੈ। ਤੇ ਇਹਦਾ ਭਾਈ ਵੀ ਮੇਰੇ ਕੋਲ ਹੈ ਜੀ, ਜਿਹੜਾ ਮੇਰਾ ਇਸ ਟਾਈਮ ਫਾਰਮ ਦੇ ਵਿੱਚ ਬਰੀਡਰ ਹੈ ਨਾ ਜੀ, ਝੋਟਾ ਜਿਹੜਾ ਮੁਕੱਦਰ ਉਹਦਾ ਮੈਂ ਨਾਂ ਰੱਖਿਆ ਜੀ, ਨਾਂ ਉਹਦੇ ਮੈਂ ਬਦਲਦਾ ਰਹਿੰਦਾ ਜੀ, ਕਦੀ ਮੁਕੱਦਰ ਤੇ ਕਦੀ ਬਖਤੂ ਜੀ। ਤੇ ਅਸਲ ਹਾਂਜੀ, ਰਾਜੇ ਝੋਟੇ ਦਾ ਪੁੱਤਰ ਹੈ ਜੀ ਉਹ। ਇਹ ਰਾਜਾ ਝੋਟਾ ਜੀ, ਉਹ ਚਿਸ਼ਤੀ ਸਾਹਿਬ ਨੇ ਉਹਨਾਂ ਦੇ, ਤੇ ਇਹ ਬੇਸਿਕਲੀ ਰਾਜਾ ਜਿਹੜਾ ਸੀ ਇਹ ਤੇ ਹਾਥੀ ਦਾ ਪੁੱਤਰ ਸੀ, ਤੇ ਇਹ ਸ਼ੇਰੇ ਖੋਖਰ ਵਾਲੀ ਇਸ ਮੱਝ ਦਾ ਜਿਹੜਾ ਇਹਦੀ ਮਾਂ ਹੈ ਜਿਹੜੀ ਵੱਡੀ ਮੌਜ, ਉਹਦਾ ਉਹ ਪੁੱਤਰ ਹੈ ਜੀ। ਮਾਨ ਲਓ ਸ਼ੇਰੇ ਖੋਖਰ ਬਰੀਡ ਚ ਆ ਗਿਆ, ਤੇ ਪਿਓ ਵੱਲੋਂ ਉਹਦਾ ਉਧਰੋਂ ਆ ਗਿਆ ਰਾਜੇ ਦਾ ਪੁੱਤਰ ਹੈ ਜੀ। ਉੱਥੇ ਰਾਜਾ ਜਿਹੜਾ ਸੀ ਉਹ ਹਾਥੀ ਦਾ ਪੁੱਤਰ ਸੀ। ਇਹ ਕੱਟਾ ਜੀ, ਉਹ ਮੇਰੇ ਕੋਲ ਇੱਥੇ ਇੱਕ ਲਾਡੀ ਮੱਝ ਹੈ ਜੀ, ਇਹ ਉਹਦੇ ਪਹਿਲੇ ਸੂਬੇ ਦਾ ਜੀ ਹਫ ਸਾਹਿਬ। ਇਹ ਮੱਝ ਮੇਰੇ ਕੋਲੋਂ ਗੱਭਣ ਆਈ ਸੀ, ਤੇ ਪਹਿਲਾਂ ਝੋਟੀ ਸੀ, ਮੈਂ ਗੜਾਪ ਮਤਲਬ ਕਹੋ ਜੀ ਕੱਟਾ ਨਾਲ ਆਇਆ ਸੀ। ਹਾਂਜੀ, ਇਹ ਜੀ ਮਾਸ਼ਾਅੱਲਾ ਸ਼ੌਕ ਨਾਲ ਰੱਖਿਆ ਜੀ, ਤੇ ਦੇਖੋ ਤੁਹਾਡੇ ਸਾਹਮਣੇ ਆ, ਤੇ ਇਹ ਉਹਦੇ ਪਹਿਲੇ ਸੂਬੇ ਦਾ ਕੱਟਾ ਜੀ। ਮੱਝ ਵੀ ਦਿਖਾਉਂਦੇ ਹਾਂ ਜੀ ਤੁਹਾਨੂੰ, ਮੈਂ ਅਕਸਰ ਉਹਦੀ ਇੱਕ ਵੀਡੀਓ ਸ਼ੂਡੀਓ ਜਾਂ ਪੋਸਟ ਤਸਵੀਰ ਵਗੈਰਾ ਲਾਉਂਦਾ ਰਹਿੰਦਾ ਜੀ ਆਪਣੇ ਬਾਜਵਾ ਪਲ ਡੇਅਰੀ ਫਾਰਮ 'ਤੇ, ਅਤੇ ਐਵੇਂ ਮਾੜਾ ਮੋਟਾ ਹੀ ਕਰੀਦਾ ਜੀ ਬਸ, ਜ਼ਿਆਦਾ ਐਡਾ ਕੁ ਮੀਡੀਆ 'ਤੇ ਨਹੀਂ। ਅਤੇ ਇਹ ਵੀ ਰੱਖਿਆ ਜੀ, ਅਤੇ ਮਾਸ਼ਾਅੱਲਾ ਮੇਰੇ ਕੋਲ 3-4 ਨੇ ਜੀ, ਅਤੇ ਬਾਕੀ ਦੇਖੋ ਹੁਣ ਅੱਗੋਂ ਕੋਈ ਸਾਰੇ ਤਾਂ ਨਹੀਂ ਰੱਖੇ ਜਾਣੇ ਜੀ, ਜਦੋਂ ਇਹ ਆਪਣੀ ਉਮਰ 'ਚ ਆ ਜਾਣਗੇ ਫਿਰ ਇਹ ਵਿੱਚੋਂ ਕੋ ਕੱਢਣੇ ਵੀ ਪੈ ਜਾਂਦੇ ਨੇ ਜੀ। ਇਹ ਝੋਟੀ ਬੂਰੀ ਜੀ, ਇੱਥੇ ਮੇਰੇ ਕੋਲ ਇੱਕ ਮੱਝ ਹੈ ਮੱਖਣ, ਉਹ ਸੂਈ ਹੈ ਜੀ, ਹੁਣ ਤਿਆਰ ਹੀ ਹੈ, ਅਤੇ ਇਹ ਉਹਦੀ ਝੋਟੀ ਹੈ ਜੀ। ਇਹ ਵੱਟੂਆਂ ਵਾਲੇ ਉਹ ਸ਼ੇਹੂ ਕੇ ਵੱਟੂ, ਹਾਂ ਮੱਖਣਾ, ਇਹ ਉਹਨਾਂ ਦੇ ਜਿਹੜੀ ਵੱਡੀ ਮੱਝ ਦਾ ਉਹ ਝੋਟਾ ਸੀ ਕੈਲਾ ਮੁੰਡਾ, ਇਸ ਟਾਈਮ 112 EB 'ਚ ਖੜਿਆ ਜੀ, ਉਹ ਵੀ ਹਾਜੀ ਸਹੇਲ ਸਾਹਿਬ ਨੇ ਲਿਆ ਸੀ, ਹਾਜੀ ਸਹੇਲ ਸਾਹਿਬ ਕੋਲੋਂ, ਅਤੇ ਉਹ ਮੈਂ ਲਿਆ ਕੇ ਕਰਾਈ ਸੀ। ਇਹ ਉਹਦੀ ਝੋਟੀ ਹੈ ਜੀ, ਮਾਂ ਇਹਦੀ ਕਾਲੀ ਹੈ, ਲੇਕਿਨ ਇਹ ਪਿਓ 'ਤੇ ਗਈ ਜੀ, ਰੰਗ ਪਿਓ ਕੈਲਾ ਸੀ, ਮਾਂ ਕਾਲੀ ਸੀ, ਅਤੇ ਇਹ ਉਸ ਬਲੱਡ ਲਾਈਨ 'ਚੋਂ ਆ ਜਾਂਦੀ ਜੀ। ਅਤੇ ਇਹ ਝੋਟੀ ਵੀ ਹਫ ਸਾਹਿਬ ਮਾਸ਼ਾਅੱਲਾ ਤੁਸੀਂ ਦੇਖੋ, ਅਤੇ ਇਹਦੀ ਮਾਂ ਵੀ ਤੁਹਾਨੂੰ ਦਿਖਾਉਂਦੇ ਹਾਂ, ਅਤੇ ਇਹਦੀ ਸ਼ਕਲ ਸੂਰਤ ਜਾਂ ਇਹਦੀਆਂ ਹੱਡੀਆਂ ਦੇਖਿਓ, ਅਤੇ ਮਾਂ ਦੀਆਂ ਦੇਖਿਓ। ਮਾਂ ਮਤਲਬ ਇੱਕ ਸਾਦੀ ਮੱਝ ਹੈ, ਮਤਲਬ ਦਦੇਲ ਮੱਝ ਹੈ, ਅਤੇ ਇਹ ਮਾਸ਼ਾਅੱਲਾ ਅੱਗੋਂ ਖੂਬਸੂਰਤੀ 'ਚ ਵੀ ਆ ਗਈ ਜੀ, ਅਤੇ ਬਰੀਕਤ 'ਚ ਵੀ ਆ ਗਈ, ਕਾਫੀ ਮਤਲਬ ਝੋਟੇ ਨੇ ਨਾ ਜੀ, ਅੱਛਾ ਰਿਜ਼ਲਟ ਦਿਖਾਇਆ ਜੀ। ਹਫ ਸਾਹਿਬ ਆਇਆ, ਉਹ ਲਾਡੀ ਮੱਝ ਹੈ ਜੀ, ਜਿਹਦਾ ਅੱਗੇ ਪਹਿਲੇ ਕੱਟਾ ਤੁਹਾਨੂੰ ਦਿਖਾਇਆ। ਇਹ ਮਾਸ਼ਾਅੱਲਾ ਬਹੁਤ ਅੱਛੀ ਝੋਟੀ ਹੈ ਜੀ, ਇਹ ਤੁਹਾਡੇ ਸਾਹਮਣੇ ਜੀ, ਦੁੱਧ ਨੂੰ ਹੱਡੀਆਂ ਜੋ ਕੁਛ ਵੀ ਹੈ ਦੇਖੋ ਮਾਸ਼ਾਅੱਲਾ। ਸਦੀਕ ਹੈ ਮੱਝ ਨੂੰ, ਲਾਡੀ ਨੂੰ ਲਿਆ ਇੱਧਰ ਨੂੰ ਮਾੜਾ ਜਿਹਾ ਜੀ, ਇਹ ਲਾਡੀ ਮੱਝ ਵਾਲੇ, ਇਹ ਵੀ ਅੱਜ ਸਹੇਲ ਸਾਹਿਬ ਨੇ ਮੈਨੂੰ ਲੈ ਕੇ ਦਿੱਤੀ ਸੀ ਜੀ, ਤੇ ਪਹਿਲਾਂ ਹੀ ਮੇਰੇ ਕੋਲ ਆਈ ਸੀ, ਇਹ ਕੁਛ ਦੇਰ ਉਹਨਾਂ ਕੋਲ ਵੀ ਫਾਰਮ ਤੇ ਰਹੀ ਜੀ, ਤੇ ਫਿਰ ਮੈਂ ਮਤਲਬ ਕੋਈ 1.5 ਮਹੀਨੇ ਦੀ ਸੂਈ ਸੀ, ਤੇ ਮੈਂ ਲੈਂਦੀ ਸੀ ਉਹ ਕੱਟਾ ਜਿਹੜਾ ਅੱਗੇ ਤੁਹਾਨੂੰ ਦਿਖਾਇਆ, ਇਹਦਾ ਪੁੱਤਰ ਹੈ, ਤੇ ਇਹ ਮਾਸ਼ਾਅੱਲਾ ਬਹੁਤ ਅੱਛੀ ਜਦੋਂ ਤਿਆਰ ਹੁੰਦੀ ਹੈ ਨਾ ਜੀ, ਤੇ ਮਾਸ਼ਾਅੱਲਾ ਬੜਾ ਸੋਹਣਾ, ਇਹਦੇ ਥਣ ਦੇਖੋ, ਮਤਲਬ ਵਿਰਲਾਂ ਚੈੱਕ ਕਰੋ, ਸਿਰ ਮੂੰਹ ਚੈੱਕ ਜੀ ਜੀ ਮਾਸ਼ਾਅੱਲਾ, ਤੇ ਦੁੱਧ ਨੂੰ ਵੀ ਬਹੁਤ ਚੰਗੀ ਹੈ ਜੀ ਜੀ, ਵੇਲ ਵੀ ਚੰਗੀ ਹੈ ਜੀ, ਤੇ ਬੜੀ ਮਿੱਠੀ ਮੱਝ ਹੈ ਜੀ ਜੀ। ਸਾਡੀ ਘਰ ਦੀ ਮਤਲਬ ਪੁਰਾਣੇ ਬਾਉ ਜਦਾਦ ਤੋਂ ਚੁੱਕੀ ਟੁੱਟ ਜਾਂਦੀ ਜੀ, ਸਾਡੀਆਂ ਮੱਝਾਂ ਦਾ ਮਤਲਬ
ਬਰੀਕਤ ਨੀਲੀ ਰਾਵੀ ਨੂੰ ਜਿਹਨੂੰ ਕਹਿ ਲਓ, ਇਹ ਸਾਡੀਆਂ ਸਾਰੀਆਂ ਮੱਝਾਂ ਦਾ ਸਿਰ ਹੈ ਜੀ। ਮਾਸ਼ਾਅੱਲਾ ਦੁੱਧ ਨੂੰ ਕਿਸੇ ਮੱਝ ਨੂੰ ਅੱਗੇ ਨਹੀਂ ਜਾਣ ਦਿੰਦੀ, ਬਹੁਤ ਅੱਛਾ ਦੁੱਧ ਕਰਦੀ ਜੀ।